ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ ਜਣੇ? ਉਮੀਦ ਕਰਦੀ ਹਾਂ ਕਿ ਤੁਸੀਂ ਸਭ ਵਧੀਆ ਹੋਵੋਗੇ। ਸੋ ਅੱਜ ਮੈਂ ਕਰ ਰਹੀ ਸੀ ਇੱਕ ਸੂਟ ਪੇਂਟ ਜਿਹਦੇ ਉੱਤੇ ਆਪਾਂ ਲੋਟਸ ਫਲਾਵਰਸ ਬਣਾਉਣੇ ਨੇ। ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਕਿ ਮੈਂ ਕਿਸ ਤਰੀਕੇ ਨਾਲ ਇਹਨੂੰ ਪੇਂਟ ਕਰਦੀ ਹਾਂ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਪੈਨਸਲ ਦੇ ਨਾਲ ਡਰਾ ਕਰਕੇ ਇਹਦੇ ਉੱਪਰ ਇਹ ਕਲਰਸ ਦੇ ਨਾਲ ਆਊਟਲਾਈਨ ਕਰ ਲਈ ਆ। ਸੋ ਇਹ ਮੈਂ ਤੁਹਾਨੂੰ ਅਗਲੇ ਸਟੈਪ ਦੇ ਵਿੱਚ ਦੱਸਦੀ ਹਾਂ ਕਿ ਆਪਾਂ ਇਹਨੂੰ ਆਊਟਲਾਈਨ ਕਿਉਂ ਕੀਤਾ ਹੋਇਆ। ਸੋ ਚੱਲਦੇ ਹਾਂ ਆਪਾਂ ਆਪਣੇ ਨੈਕਸਟ ਸਟੈਪ ਦੇ ਵੱਲ, ਜਿਹਦੇ ਵਿੱਚ ਆਪਾਂ ਇਹਨੂੰ ਟਰੇਸ ਕਰਾਂਗੇ। ਸੋ ਸਟੈਪ 2 ਦੇ ਵਿੱਚ ਮੈਂ ਕੀ ਕਰਨਾ ਹੈ ਕਿ ਮੈਂ ਇਸੇ ਫਲਾਵਰਸ ਦੀਆਂ ਟਰੇਸ ਦੂਸਰੇ ਸਾਈਡ 'ਤੇ ਲੈਣੇ ਆ। ਮੈਂ ਇਹਨੂੰ ਆਊਟਲਾਈਨ ਇਹਦੀ ਕਿਉਂ ਕੀਤੀ, ਕਿਉਂਕਿ ਇਹ ਦੂਸਰੀ ਸਾਈਡ ਤੋਂ ਦਿਖੂਗਾ। ਸੋ ਜਦੋਂ ਆਪਾਂ ਇੱਕ ਫਲਾਵਰ ਬਣਾ ਕੇ ਉਹਦੀ ਆਊਟਲਾਈਨ ਕਰਕੇ ਇਸੇ ਤੋਂ ਟਰੇਸ ਜਦੋਂ ਆਪਾਂ ਦੂਸਰੀਆਂ, ਜਿਵੇਂ ਇਹ ਇੱਕ ਬਾਜੂ ਹੈ ਤਾਂ ਅਸੀਂ ਅਗਲੀ ਬਾਜੂ ਦੇ ਉੱਪਰ ਜਦੋਂ ਇਹਦੀ ਟਰੇਸ ਲਵਾਂਗੇ ਤਾਂ ਕੋਈ ਇਹਦੇ ਵਿੱਚ ਡਿਫਰੈਂਸ ਨਹੀਂ ਆਊਗਾ। ਇਹ ਬਿਲਕੁਲ ਸੇਮ ਜਿਹੜਾ ਹੈਗਾ ਫਲਾਵਰਸ ਦੂਸਰੇ ਸਾਈਡ 'ਤੇ ਬਣ ਜਾਣਗੇ। ਸੋ ਇਹਨੂੰ ਹੁਣ ਮੈਂ ਦੂਸਰੀ ਸਾਈਡ 'ਤੇ ਲੈ ਲਿਆ, ਮਤਲਬ ਇਹਨੂੰ ਫੋਲਡ ਕਰ ਲਿਆ ਕੱਪੜੇ ਨੂੰ। ਸੋ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਟਰੇਸ ਕਰਦੇ ਹਾਂ ਤਾਂ ਜਿਹੜੀ ਸਾਡੀ ਪੇਂਟਿੰਗ ਆ ਉਹ ਐਜ਼ ਇਟ ਇਜ਼ ਬਣ ਕੇ ਆਉਂਦੀ ਹੈ ਦੂਸਰੀ ਸਾਈਡ 'ਤੇ ਵੀ। ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਕਿਸ ਤਰੀਕੇ ਨਾਲ ਇਹ ਮੈਨੂੰ ਦਿਖ ਰਹੀ ਆ। ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹਦੀ ਬੈਕ ਸਾਈਡ ਹੈ ਇਹ ਫਰੰਟ ਸਾਈਡ ਹੈ, ਔਰ ਇਹ ਵਾਲਾ ਜਿਹੜਾ ਉੱਪਰਲਾ ਫੈਬਰਿਕ ਹੈ ਇਹ ਦੂਸਰੀ ਬਾਜੂ ਦੀ ਫਰੰਟ ਸਾਈਡ ਹੈ। ਇਹ ਦੋਨੋਂ ਬੈਕ ਸਾਈਡ ਹੋ ਗਈਆਂ ਅੰਦਰਲੀਆਂ। ਸੋ ਜਦੋਂ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਕਰਕੇ ਇੱਦਾਂ ਉਠਾਵਾਂਗੇ ਤਾਂ ਇਹ ਮੈਨੂੰ ਅੰਦਰੋਂ ਬਿਲਕੁਲ ਸ਼ੋ ਕਰੇਗਾ ਡਿਜ਼ਾਈਨ। ਸੋ ਮੈਂ ਇਸੇ ਨੂੰ ਹੀ ਡਰੋਅ ਕਰ ਲੂੰਗੀ ਪੈਨਸਲ ਦੇ ਨਾਲ। ਸੋ ਹਾਂਜੀ, ਮੈਂ ਡਰੋਅ ਕਰਨ ਲੱਗੀ ਹਾਂ। ਸੋ ਜਿਵੇਂ ਜ਼ਿਆਦਾ ਜਿਹੜਾ ਫੈਬਰਿਕ ਪਤਲਾ ਹੋਵੇ ਉਹਦੇ ਵਿੱਚ ਦੀ ਤਾਂ ਆਪਾਂ ਨੂੰ ਈਜ਼ੀਲੀ ਦਿਖ ਜੂਗਾ, ਜਿੱਦਾਂ ਇਹ ਥੋੜ੍ਹਾ ਥਿੱਕ ਹੈ ਤਾਂ ਫਿਰ ਮੈਨੂੰ ਇਹਨੂੰ ਥੋੜ੍ਹਾ ਉਠਾ ਕੇ ਦੇਖਦੀ ਹਾਂ ਇਸ ਤਰੀਕੇ ਨਾਲ। ਜਿੱਧਰੋਂ ਆਪਾਂ ਨੂੰ ਰੋਸ਼ਨੀ ਪੈ ਰਹੀ ਹੈ ਉੱਧਰੋਂ ਮੈਂ ਥੋੜ੍ਹਾ ਜਿਹਾ ਉਠਾ ਲੈਂਦੀ ਹਾਂ ਤਾਂ ਮੈਨੂੰ ਕਲੀਅਰਲੀ ਦਿਖਦਾ ਜਿਵੇਂ ਤੁਹਾਨੂੰ ਮੈਂ ਦਿਖਾਇਆ। ਸੋ ਉਵੇਂ ਉਵੇਂ ਮੈਂ ਜਿਹੜਾ ਹੈਗਾ ਪੈਨਸਲ ਦੇ ਨਾਲ ਡਰੋਅ ਕਰਦੀ ਜਾ ਰਹੀ ਹਾਂ। ਸੋ ਇਸ ਤਰੀਕੇ ਨਾਲ ਮੈਂ ਸਾਰਾ ਡਰੋਅ ਕਰ ਲੈਣਾ ਜੀ। ਇਸ ਸੂਟ ਦੇ ਉੱਪਰ ਜਿੰਨੇ ਵੀ ਫਲਾਰ ਬੰਚ ਬਣਨੇ ਨੇ ਮੈਂ ਸਾਰੇ ਇਸ ਟਰੇਸ ਦੇ ਉੱਤੋਂ ਸਾਰੇ ਡਰੋਅ ਕਰ ਲੈਣੇ ਇਸ ਤਰੀਕੇ ਨਾਲ ਹੀ, ਜਿੱਦਾਂ ਮੈਨੂੰ ਇਹਨੂੰ ਫੈਬਰਿਕ ਨੂੰ ਉੱਪਰ ਰੱਖ ਕੇ ਮੈਂ ਕਰ ਰਹੀ ਹਾਂ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਾ ਫਲਾਰ ਬੰਚ ਜਿਹੜਾ ਹੈਗਾ ਉਹ ਡਰੋਅ ਕਰ ਲਿਆ। ਸੋ ਇਸ ਤਰੀਕੇ ਨਾਲ ਤੁਸੀਂ ਬਹੁਤ ਈਜ਼ੀਲੀ ਜਿਹੜਾ ਇੱਕ ਤੋਂ ਦੂਸਰੀ ਜਗ੍ਹਾ 'ਤੇ ਜੇ ਆਪਾਂ ਸੇਮ ਡਿਜ਼ਾਈਨ ਬਣਾਉਣਾ ਤਾਂ ਸੇਮ ਐਜ਼ ਇਟ ਇਜ਼ ਅਸੀਂ ਬਣਾ ਸਕਦੇ ਹਾਂ। ਹਾਂਜੀ, ਮੈਂ ਫਰੇਮ ਕਰ ਲਿਆ ਹੈ ਸਾਰੇ ਸੂਟ ਨੂੰ ਅਤੇ ਹੁਣ ਮੈਂ ਇਹਨੂੰ ਪੇਂਟ ਕਰਨਾ ਸਟਾਰਟ ਕਰਦੀ ਹਾਂ। ਸੋ ਪਹਿਲਾਂ ਆਪਾਂ ਕੀ ਕਰਨਾ ਕਿ ਸਾਰੇ ਫਲਾਰ ਨੂੰ ਫਿਲ ਕਰ ਦੇਣਾ, ਫਿਰ ਉਹਦੇ 'ਚ ਲਾਈਟ ਜਿਹੜਾ ਵਾਈਟ ਕਲਰ ਹੁੰਦਾ ਉਹਦੇ ਨਾਲ ਲਾਈਟ ਸ਼ੇਡਸ ਦੇਣੇ ਆ ਇਹਦੀਆਂ ਪੱਤੀਆਂ ਨੂੰ। ਸੋ ਮੈਂ ਕੀ ਲਿਆ ਹੋਇਆ, ਪਾਣੀ ਲਿਆ ਹੋਇਆ, ਪੇਂਟ ਕਲਰ ਐਂਡ ਮੀਡੀਅਮ। ਮੀਡੀਅਮ ਮੈਨੂੰ ਜਿਹੜੀ ਆਪਣੀ ਪੇਂਟ ਦੀ ਥਿਕਨੈਸ ਹੈ ਉਹਨੂੰ ਮੇਨਟੇਨ ਕਰਨ ਦੇ ਵਿੱਚ ਜਿਹੜਾ ਹੈਲਪ ਕਰੂਗਾ। ਸੋ ਪਹਿਲਾਂ ਮੈਂ ਇਹਨੂੰ ਫਿਲ ਕਰਦੀ ਹਾਂ ਜੀ। ਦੇਖੋ ਹੁਣ ਮੈਨੂੰ ਫੀਲ ਹੋਇਆ ਕਿ ਜਿਹੜਾ ਮੇਰਾ ਕਲਰ ਹੈ ਉਹ ਥਿੱਕ ਹੈ ਤਾਂ ਮੈਂ ਮੀਡੀਅਮ ਮਿਕਸ ਕੀਤਾ ਅਤੇ ਕਲਰ ਮੇਰਾ ਸੈੱਟ ਹੋ ਗਿਆ।
ਕੋਸ਼ਿਸ਼ ਕਰੋ ਕਿ ਬਹੁਤ ਪਤਲਾ ਜਿਹੜਾ ਕਲਰ ਤੁਸੀਂ ਯੂਜ਼ ਕਰੋ, ਕਿਉਂਕਿ ਜਿਹੜੀ ਥਿਕਨੈਸ ਹੁੰਦੀ ਆ ਪੇਂਟ ਦੀ ਉਹ ਫਿਰ ਵਧੀਆ ਨਹੀਂ ਲੱਗਦੀ ਜਦੋਂ ਆਪਾਂ ਪੇਂਟ ਕਰਦੇ ਹਾਂ। ਉਸ ਤੋਂ ਬਾਅਦ ਉਹ ਬਹੁਤ ਹਾਰਡ ਜਿਹਾ ਹੋ ਜਾਂਦਾ ਉੱਨੀ ਉੱਨੀ ਜਗ੍ਹਾ ਤੋਂ ਜਿੱਥੇ ਆਪਣਾ ਪੇਂਟ ਹੋਇਆ ਹੁੰਦਾ। ਸੋ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਕਲਰ ਨੂੰ ਅਸੀਂ ਬਹੁਤ ਪਤਲਾ ਲੈਣਾ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਫਲਾਰ ਹੈ ਇਹਨੂੰ ਤੁਸੀਂ ਪੇਂਟ ਕਰਦੇ ਜਾਣਾ, ਫਿਲ ਹੋ ਜਾਏਗਾ ਇਹ ਸਾਰਾ। ਅਤੇ ਇਹਦੇ ਨਾਲ ਹੀ ਕਲੀਆਂ ਨੇ ਦੋ, ਉਹਨਾਂ ਨੂੰ ਵੀ ਅਸੀਂ ਫਿਲ ਕਰਨਾ ਇਸੇ ਤਰੀਕੇ ਨਾਲ ਹੀ। ਕਲਰ ਦੀ ਕੰਸਿਸਟੈਂਸੀ ਤੁਹਾਨੂੰ ਦਿਖ ਵੀ ਰਹੀ ਹੋਵੇਗੀ ਅਤੇ ਤੁਹਾਨੂੰ ਮੈਂ ਦੱਸਿਆ ਵੀ ਹੈ ਕਿ ਬਹੁਤ ਪਤਲੀ ਲੈਣੀ ਹੈ ਤੁਸੀਂ ਇਹਦੀ ਕੰਸਿਸਟੈਂਸੀ ਜਿਹੜੀ ਕਲਰ ਦੀ ਹੈ। ਇੱਦਾਂ ਹੀ ਅਸੀਂ ਇਹ ਜਿਹੜੀਆਂ ਕਲੀਆਂ ਨੇ ਨਾਲ ਫਲਾਰ ਦੀਆਂ ਉਹਨਾਂ ਨੂੰ ਵੀ ਫਿਲ ਕਰ ਦੇਣਾ। ਇਹਦੀ ਜਿਹੜੀ ਫਾਈਨਲ ਲੁੱਕ ਹੈ ਉਹ ਵਾਈਟ ਕਲਰ ਦੇ ਨਾਲ ਆਉਣੀ ਹੈ। ਸੋ ਇਸ ਦੇ ਨਾਲ ਹੀ ਅਸੀਂ ਜਿਹੜੇ ਲੀਵਸ ਆ ਜੀ ਉਹਨਾਂ ਦਾ ਕੰਮ ਸਟਾਰਟ ਕਰ ਦਿੰਦੇ ਹਾਂ। ਇਹਦੇ ਲਈ ਮੈਂ ਦੋ ਕਲਰ ਲਏ ਹੋਏ ਆ, ਇੱਕ ਡਾਰਕ ਗ੍ਰੀਨ ਔਰ ਇੱਕ ਲਾਈਟ ਗ੍ਰੀਨ। ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਉਸੇ ਤਰੀਕੇ ਨਾਲ ਹੀ ਮੀਡੀਅਮ ਲੈ ਕੇ ਉਹਨੂੰ ਕਲਰ ਨੂੰ ਪਤਲਾ ਕਰਕੇ ਲਗਾ ਰਹੀ ਹਾਂ। ਸੋ ਜਿਹੜਾ ਇਨਰ ਪੋਰਸ਼ਨ ਹੈ ਲੀਵ ਦਾ ਉਹਨੂੰ ਅਸੀਂ ਡਾਰਕ ਗ੍ਰੀਨ ਨਾਲ ਕਰਾਂਗੇ ਅਤੇ ਜਿਹੜਾ ਆਊਟਰ ਪੋਰਸ਼ਨ ਆ ਉਹਨੂੰ ਮੈਂ ਕਰ ਰਹੀ ਹਾਂ ਲਾਈਟ ਕਲਰ ਦੇ ਨਾਲ। ਗ੍ਰੀਨ ਕਲਰ ਜਿਹੜਾ ਹੈਗਾ ਇਹਨੂੰ ਸਾਰੇ ਨੂੰ ਕਵਰ ਕਰਦੇ ਹੋਏ, ਉਸ ਤੋਂ ਬਾਅਦ ਅਸੀਂ ਇਹਨੂੰ ਲਾਈਟ ਕਲਰ ਨੂੰ ਯੂਜ਼ ਕਰਾਂਗੇ। ਸੋ ਬਹੁਤ ਹੀ ਸੋਹਣਾ ਇਹ ਜਿਹੜਾ ਫਲਾਰ ਬੰਚ ਬਣ ਕੇ ਰੈਡੀ ਹੋਊਗਾ। ਲੀਵਸ ਦੇ ਵਿੱਚ ਵੀ ਅਸੀਂ ਵਾਈਟ ਕਲਰ ਯੂਜ਼ ਕਰਾਂਗੇ, ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਜੀ ਅੱਗੇ ਜਾ ਕੇ ਕਿ ਕਿਸ ਤਰੀਕੇ ਨਾਲ ਆਪਾਂ ਕਰਨਾ ਯੂਜ਼ ਵਾਈਟ ਕਲਰ। ਹੁਣ ਲਾਈਟ ਕਲਰ ਜਿਹੜਾ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਲਾਈਟ ਕਲਰ ਨੂੰ ਅਸੀਂ ਪੱਤੀ ਦੇ ਨਿਚਲੇ ਹਿੱਸੇ ਦੇ ਉੱਪਰ ਕਰਨਾ। ਸੋ ਇਹਨੂੰ ਮੈਂ ਪੂਰੀ ਓਰਿਜਨਲ ਲੁੱਕ ਦੇਣ ਦੀ ਕੋਸ਼ਿਸ਼ ਕਰਾਂਗੀ। ਬਾਕੀ ਤੁਸੀਂ ਕਮੈਂਟਸ ਕਰਕੇ ਦੱਸਿਓ ਮੈਨੂੰ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਡਿਜ਼ਾਇਨ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਜੀ ਕਿ ਪੂਰੀ ਓਰਿਜਨਲ ਵਾਲੀ ਲੁੱਕ ਆਵੇ ਇਹਨਾਂ ਪੱਤੀਆਂ ਦੀ, ਫਲਾਰਸ ਦੀ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀਆਂ ਮੇਰੀਆਂ ਪੇਂਟਿੰਗਸ ਲੱਗ ਰਹੀਆਂ ਨੇ, ਤੁਹਾਡੇ ਲਈ ਯੂਜ਼ਫੁੱਲ ਵੀ ਹੈਗੀਆਂ ਨੇ ਜਾਂ ਨਹੀਂ। ਸੋ ਜਿਹੜੀਆਂ ਇਹਦੀਆਂ ਡੰਡੀਆਂ ਨੇ ਫਲਾਰਸ ਦੀਆਂ ਪੱਤੀਆਂ ਦੀਆਂ ਉਹਨਾਂ ਨੂੰ ਬਣਾ ਲੈਂਦੇ ਹਾਂ। ਸੋ ਤੁਸੀਂ ਦੇਖਦੇ ਰਹੋ ਕਿ ਮੈਂ ਦੋਨੋਂ ਕਲਰ ਲੈ ਰਹੀ ਹਾਂ ਇੱਕ ਬਰੱਸ਼ ਦੇ ਉੱਪਰ, ਗ੍ਰੀਨ ਲਾਈਟ ਔਰ ਡਾਰਕ ਦੋਨੋਂ ਕਲਰ ਲੈ ਕੇ, ਔਰ ਉਹਨੂੰ ਥੋੜ੍ਹਾ ਬਲੈਂਡ ਕਰਕੇ ਤੁਸੀਂ ਇਹ ਸਾਰੀਆਂ ਡੰਡੀਆਂ ਜਿਹੜੀਆਂ ਹੈਗੀਆਂ ਫਲਾਰਸ ਦੀਆਂ ਪੱਤੀਆਂ ਦੀਆਂ ਉਹ ਬਣਾਉਣੀਆਂ ਨੇ। ਸੋ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਬਰੱਸ਼ ਚਲਾਉਣਾ, ਕਿਉਂਕਿ ਇਹ ਦੇਖਣ ਦੇ ਵਿੱਚ ਥੋੜ੍ਹਾ ਈਜ਼ੀ ਲੱਗਦਾ ਹੋਊਗਾ ਤੁਹਾਨੂੰ, ਪਰ ਜਦੋਂ ਅਸੀਂ ਕੰਮ ਨੂੰ ਕਰਨਾ ਸਟਾਰਟ ਕਰਦੇ ਹਾਂ ਤਾਂ ਫਿਰ ਸਾਨੂੰ ਉਹਦੀਆਂ ਬਰੀਕੀਆਂ ਦਾ ਪਤਾ ਲੱਗਦਾ। ਸੋ ਹੁਣ ਆਪਾਂ ਆਉਂਦੇ ਹਾਂ ਜੀ ਵਾਈਟ ਕਲਰ 'ਤੇ। ਵਾਈਟ ਕਲਰ ਦੇ ਨਾਲ ਕਿੱਦਾਂ ਵਰਕ ਕਰਨਾ ਮੈਂ ਤੁਹਾਨੂੰ ਇਹ ਦੱਸਦੀ ਹਾਂ। ਸੋ ਹੁਣ ਇਹਦੀ ਜਿਹੜੀ ਫਾਈਨਲ ਲੁੱਕ ਹੈ ਉਹ ਤੁਹਾਡੇ ਸਾਹਮਣੇ ਸ਼ੋ ਹੋਊਗੀ। ਅਤੇ ਮੈਂ ਪਿੰਕ ਕਲਰ ਲਿਆ ਥੋੜ੍ਹਾ ਔਰ ਥੋੜ੍ਹਾ ਵਾਈਟ ਲਿਆ, ਉਹਨੂੰ ਥੋੜ੍ਹਾ ਮਿਕਸ ਕੀਤਾ ਅਤੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਮੈਂ ਪੱਤੀਆਂ ਨੂੰ 3D ਇਫੈਕਟ ਦੇਵਾਂਗੀ। ਹੁਣ ਹਲਕੇ ਹਲਕੇ ਹੱਥਾਂ ਦੇ ਨਾਲ ਤੁਸੀਂ ਵਾਈਟ ਔਰ ਪਿੰਕ ਕਲਰ ਨੂੰ ਜਿੱਦਾਂ ਮਿਕਸ ਕਰਕੇ ਹਲਕੇ ਹੱਥਾਂ ਦੇ ਨਾਲ ਤੁਸੀਂ ਇੱਥੇ ਸ਼ੇਡ ਟਾਈਪ ਬਣਾਉਣਾ। ਤੁਹਾਨੂੰ ਲੱਗ ਰਿਹਾ ਹੋਊਗਾ ਕਿ ਪੱਤੀ ਜਿੱਦਾਂ ਇੱਕ ਮੁੜੀ ਹੁੰਦੀ ਹੈ, ਉਵੇਂ ਫੀਲ ਹੋ ਰਹੀ ਹੋਊਗੀ।
ਸੋ ਇਸੇ ਤਰੀਕੇ ਦੇ ਨਾਲ ਹੀ ਸਾਰੀਆਂ ਪੱਤੀਆਂ ਨੂੰ ਤੁਸੀਂ 3D ਇਫੈਕਟ ਦੇਣਾ। ਇਹ ਸਾਰਾ ਫਲਾਰ ਇਸੇ ਤਰੀਕੇ ਨਾਲ ਹੀ ਬਣ ਕੇ ਰੈਡੀ ਹੋਊਗਾ। ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਕਿ ਤੁਸੀਂ ਬ੍ਰੱਸ਼ ਦੇ ਉੱਪਰ ਬਹੁਤ ਜ਼ਿਆਦਾ ਕਲਰ ਨਹੀਂ ਲਗਾਉਣਾ। ਹਲਕਾ ਜਿਹਾ ਬ੍ਰੱਸ਼ ਤੁਸੀਂ ਦੇਖਿਓ ਮੈਂ ਡਿੱਪ ਕਰਦੀ ਹਾਂ, ਸਿਰਫ ਉਹਦੀ ਅਗਲੀ ਜਿਹੜੀ ਟਿੱਪ ਹੈ ਉਹੀ ਡਿੱਪ ਹੁੰਦੀ ਹੈ ਕਲਰ ਦੇ ਵਿੱਚ, ਕਿਉਂਕਿ ਜਦੋਂ ਅਸੀਂ ਬ੍ਰੱਸ਼ ਨੂੰ ਜ਼ਿਆਦਾ ਭਰ ਲਾਂਗੇ ਤਾਂ ਇਹੋ ਜਿਹਾ ਜਿਹੜਾ ਵਰਕ ਹੁੰਦਾ ਸ਼ੇਡ ਵਾਲਾ ਜਿਹੜਾ ਵਰਕ ਹੁੰਦਾ ਉਹਦੇ ਵਿੱਚ ਅਸੀਂ ਬ੍ਰੱਸ਼ ਨੂੰ ਜ਼ਿਆਦਾ ਨਹੀਂ ਭਰਨਾ। ਜਦੋਂ ਵੀ ਤੁਸੀਂ ਕਲਰ ਲੈਣਾ ਉਹਨੂੰ ਵਾਈਪ ਜ਼ਰੂਰ ਕਰਨਾ ਇੱਕ ਵਾਰ, ਕਿਉਂਕਿ ਜਿਹੜਾ ਐਕਸੈਸ ਕਲਰ ਹੋਊਗਾ ਉਹ ਉੱਤਰ ਜੂਗਾ ਬ੍ਰੱਸ਼ ਦੇ ਉੱਤੋਂ, ਅਤੇ ਫਿਰ ਜੋ ਤੁਸੀਂ ਸ਼ੇਡ ਕਰੋਗੇ ਉਹ ਵਧੀਆ ਤਰੀਕੇ ਨਾਲ ਹੋਊਗਾ। ਸੋ ਦੇਖੋ ਮੈਂ ਦੋਨੋਂ ਕਲਰ ਲੈ ਰਹੀ ਹਾਂ ਮਿਕਸ ਕਰਕੇ, ਅਤੇ ਉਹ ਫਿਰ ਇੱਕ ਬੇਬੀ ਪਿੰਕ ਲਾਈਟ ਬਣ ਰਿਹਾ ਕਲਰ। ਸੋ ਇਸ ਤਰੀਕੇ ਦੇ ਨਾਲ ਇਹਨਾਂ ਦੇ ਜਿਹੜੇ ਕੋਰਨਰਸ ਨੇ, ਜਿਹੜੀਆਂ ਇਹਦੀਆਂ ਸਾਈਡਸ ਨੇ, ਉਹਦੇ ਉੱਪਰ ਆਪਾਂ ਵਾਈਟ ਕਲਰ ਬੇਬੀ ਪਿੰਕ ਕਲਰ ਦੇ ਨਾਲ ਉਹਨੂੰ ਸ਼ੇਡ ਕਰਦੇ ਜਾਣਾ। ਬਹੁਤ ਹੀ ਸੋਹਣਾ ਫਲਾਰ ਬਣ ਕੇ ਰੈਡੀ ਹੋਊਗਾ ਜੀ ਇਹ। ਹਲਕੇ ਹੱਥਾਂ ਦੇ ਨਾਲ ਤੁਸੀਂ ਪਿੰਕ ਕਲਰ ਵੀ ਯੂਜ਼ ਕਰਨਾ ਔਰ ਵਾਈਟ ਵੀ, ਦੋਨੋਂ ਕਲਰ ਹੀ ਯੂਜ਼ ਕਰਨੇ ਆ। ਇਹ ਜਿਹੜਾ ਮੈਂ ਸਾਈਡਸ ਤੋਂ ਕਰ ਰਹੀ ਹਾਂ, ਜਿੱਥੋਂ ਜਿੱਥੋਂ ਵੀ ਮੈਂ ਲਾਈਟ ਕਲਰ ਦੇ ਨਾਲ ਪੇਂਟ ਕਰ ਰਹੀ ਹਾਂ, ਇਹ ਮੈਂ ਪਹਿਲਾਂ ਹੀ ਡਰੋਅ ਕੀਤਾ ਹੋਇਆ ਸੀ। ਜਦੋਂ ਮੈਂ ਪੈਨਸਲ ਦੇ ਨਾਲ ਡਰੋਅ ਕੀਤੇ ਆ ਫਲਾਰਸ, ਤਾਂ ਉਹਦੇ ਉੱਪਰ ਹੀ ਮੈਂ ਇਹ ਜਿਹੜੇ ਸਾਈਡਸ ਤੋਂ ਜਿੰਨਾ ਮੈਂ ਵਾਈਟ ਕਰਨਾ ਸੀ ਜਾਂ ਬੇਬੀ ਪਿੰਕ ਕਲਰ ਕਰਨਾ ਸੀ, ਮੈਂ ਪਹਿਲਾਂ ਹੀ ਡਰੋਅ ਕਰ ਲਿਆ ਸੀ। ਸੋ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਪਹਿਲਾਂ ਹੀ ਡਰੋਅ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਇਹਨੂੰ ਬਸ ਫਿਲ ਕਰਨਾ ਤੁਸੀਂ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ, ਕਿਸੇ ਤਰ੍ਹਾਂ ਦੀ ਕੁਐਰੀ ਹੋਵੇ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਿਆ ਕਰੋ। ਮੈਂ ਤੁਹਾਡੇ ਕਮੈਂਟਸ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੀ, ਤੁਹਾਡੇ ਕੁਐਰੀਜ਼ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੀ। ਸੋ ਤੁਸੀਂ ਇੱਕ ਚੀਜ਼ ਦਾ ਇਹ ਵੀ ਧਿਆਨ ਰੱਖਿਓ ਕਿ ਮੈਂ ਸਿਰਫ ਇੱਕ ਬ੍ਰੱਸ਼ ਦੇ ਨਾਲ ਹੀ ਸਾਰੀ ਪੇਂਟਿੰਗ ਕੰਪਲੀਟ ਕੀਤੀ ਹੈ। ਇੱਕ 10 ਨੰਬਰ ਬ੍ਰੱਸ਼ ਹੈ ਰਾਊਂਡ, ਔਰ ਮੈਂ ਸਿਰਫ ਇੱਕ ਲਾਈਨਸ ਜਿਹੜੀਆਂ ਲਾਈਨਰ ਇਹਦੇ ਵਿੱਚ ਲੱਗਣੇ ਆ, ਉਹ ਲਾਈਨਰ ਲਗਾਉਣ ਦੇ ਲਈ ਮੈਂ 0 ਨੰਬਰ ਬ੍ਰੱਸ਼ ਦੀ ਵਰਤੋਂ ਕਰਾਂਗੀ। ਅਦਰਵਾਈਜ਼ ਮੈਂ ਸਾਰੀ ਦੀ ਸਾਰੀ ਪੇਂਟਿੰਗ ਇੱਕੋ ਹੀ ਬ੍ਰੱਸ਼ ਦੇ ਨਾਲ ਕੀਤੀ ਹੈ, ਇਸੇ ਨਾਲ ਹੀ ਮੈਂ ਪੱਤੀਆਂ ਬਣਾਈਆਂ ਨੇ ਅਤੇ ਇਸੇ ਨਾਲ ਹੀ ਮੈਂ ਫਲਾਰ ਬਣਾਏ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫਲਾਰ ਹੈ ਉਹ 3D ਇਫੈਕਟ ਦੇ ਰਿਹਾ ਹੁਣ। ਸੋ ਜਿੱਥੋਂ ਤੁਹਾਨੂੰ ਥੋੜ੍ਹਾ ਪਿੰਕ ਜ਼ਿਆਦਾ ਲੱਗੇ, ਉੱਥੇ ਤੁਸੀਂ ਵਾਈਟ ਦਾ ਬ੍ਰੱਸ਼ ਲੈ ਕੇ ਉਹਨੂੰ ਲਗਾਉਂਦੇ ਜਾਣਾ। ਬੜੀ ਸਹਿਜਤਾ ਦੇ ਨਾਲ ਕਰਨਾ ਹੁੰਦਾ ਜੀ ਅਸੀਂ ਪੇਂਟ। ਜਿੰਨਾ ਤੁਸੀਂ ਪੇਸ਼ੈਂਸ ਰੱਖੋਗੇ, ਉਨੀ ਤੁਹਾਡੀ ਜਿਹੜੀ ਪੇਂਟਿੰਗ ਹੈ, ਉਨਾ ਹੀ ਤੁਹਾਡਾ ਆਰਟ ਜਿਹੜਾ ਉੱਭਰ ਕੇ ਆਊਗਾ, ਉਨਾ ਹੀ ਜ਼ਿਆਦਾ ਸੋਹਣਾ ਬਣੂਗਾ।
ਸੋ ਇੱਦਾਂ ਹੈ, ਤੁਸੀਂ ਵਾਈਟ ਔਰ ਪਿੰਕ ਦੇ ਕੋਂਬੀਨੇਸ਼ਨ ਦੇ ਨਾਲ ਇਹਨੂੰ ਸਾਰੇ ਨੂੰ 3D ਇਫੈਕਟ ਦੇ ਦੇਣਾ ਫਲਾਰ ਨੂੰ। ਸੋ ਨਵੀਆਂ ਨਵੀਆਂ ਵੀਡੀਓਜ਼ ਦੇ ਲਈ, ਨਵੀਆਂ ਨਵੀਆਂ ਟ੍ਰਿਕਸ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਪੇਂਟ ਗੈਲਰੀ ਐਮ। ਟਿਪ ਦੇ ਉੱਪਰ ਹਲਕਾ ਜਿਹਾ ਕਲਰ ਲੈਣਾ, ਜਿੱਦਾਂ ਮੈਂ ਲੈ ਕੇ ਤੁਹਾਨੂੰ ਦਿਖਾਇਆ। ਜ਼ਿਆਦਾ ਕਲਰ ਨਹੀਂ ਲੈਣਾ ਤੁਸੀਂ, ਜ਼ਿਆਦਾ ਬ੍ਰਸ਼ ਨੂੰ ਫਿੱਲ ਨਹੀਂ ਕਰਨਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੱਦਾਂ। ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿੰਨਾ ਮੈਂ ਡਰਾ ਕੀਤਾ ਹੋਇਆ ਸੀ ਮੈਂ ਸਾਰੇ ਨੂੰ ਫਿੱਲ ਕਰ ਲਿਆ। ਤਾਂ ਹਲਕੇ ਹੱਥਾਂ ਦੇ ਨਾਲ ਤੁਸੀਂ ਇਹਨੂੰ ਪੇਂਟ ਕਰਦੇ ਜਾਣਾ। ਦੇਖੋ ਮੈਂ ਕਿੰਨੇ ਹਲਕਾ ਜਿਹਾ ਕਲਰ ਲੈ ਰਹੀ ਹਾਂ ਮੈਂ, ਵਾਈਟ ਕਲਰ ਵੀ ਔਰ ਪਿੰਕ ਵੀ, ਜ਼ਿਆਦਾ ਬ੍ਰਸ਼ ਨੂੰ ਫਿੱਲ ਨਹੀਂ ਕਰ ਰਹੀ ਮੈਂ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਫਲਾਰ ਬਣ ਕੇ ਰੈਡੀ ਹੋਇਆ, ਪੂਰੀ 3D ਲੁੱਕ ਦੇ ਰਿਹਾ ਹੁਣ ਇਹ। ਇਸੇ ਤਰੀਕੇ ਨਾਲ ਹੀ ਆਪਾਂ ਜਿਹੜੀਆਂ ਪੱਤੀਆਂ ਨੇ ਉਹਨਾਂ ਨੂੰ ਵੀ 3D ਲੁੱਕ ਦੇਵਾਂਗੇ। ਉਹ ਵੀ ਤੁਸੀਂ ਅੱਗੇ ਜਾ ਕੇ ਦੇਖਿਓ ਕਿਸ ਤਰੀਕੇ ਨਾਲ ਮੈਂ ਪੱਤੀਆਂ ਬਣਾ ਰਹੀ ਹਾਂ। ਸੋ ਜਿਹੜੀਆਂ ਆਪਣੀਆਂ ਕਲੀਆਂ ਸੀ ਇਹਨਾਂ ਨੂੰ ਵੀ ਇਸੇ ਤਰੀਕੇ ਨਾਲ ਹੀ ਆਪਾਂ ਵਾਈਟ ਔਰ ਪਿੰਕ ਕਲਰ ਲੈ ਕੇ ਸ਼ੇਡ ਕਰਦੇ ਜਾਣਾ। ਸੋ ਜਿਹੜਾ ਇਹ ਸ਼ੇਡ ਹੈ ਜਿਹਦੇ ਨਾਲ ਆਪਾਂ ਪਿੰਕ ਨਾਲ ਅਤੇ ਵਾਈਟ ਕਲਰ ਦੇ ਨਾਲ ਜਿਹੜਾ ਆਪਾਂ ਸ਼ੇਡ ਕਰ ਰਹੇ ਹਾਂ, ਇਹਦੇ ਨਾਲ ਹੁੰਦਾ ਕੀ ਹੈ ਕਿ ਤੁਹਾਨੂੰ ਹਰੇਕ ਪੱਤੀ ਅਲੱਗ ਨਜ਼ਰ ਆਊਗੀ ਜਿਹੜੀ ਆਪਾਂ ਕਲੀ ਦੇ ਵਿੱਚ ਬਣਾਈ ਹੈ ਨਾ। ਜਿੱਦਾਂ ਦਿਖ ਰਹੀ ਹੈ ਤੁਹਾਨੂੰ, ਪਹਿਲਾਂ ਇੱਕ ਉੱਪਰਲੇ ਸਿਰਫ ਕੋਰਨਰ ਪੱਤੀਆਂ ਦੇ ਦਿਖ ਰਹੇ ਸੀ, ਪਰ ਜਦੋਂ ਮੈਂ ਵਾਈਟ ਕਲਰ ਦੇ ਨਾਲ ਕੀਤਾ ਤਾਂ ਦੇਖੋ ਤੁਹਾਨੂੰ ਸਾਰੀਆਂ ਪੱਤੀਆਂ ਅਲੱਗ ਅਲੱਗ ਨਜ਼ਰ ਆਉਣ ਲੱਗ ਗਈਆਂ ਨਾ। ਸੋ ਇਸ ਤਰੀਕੇ ਦੇ ਨਾਲ ਆਪਾਂ ਇਹ ਜਿਹੜੀਆਂ ਕਲੀਆਂ ਇਹਨਾਂ ਨੂੰ ਵੀ ਰੈਡੀ ਕਰ ਲੈਣਾ। ਦੋ ਕਲੀਆਂ ਬਣਾਈਆਂ ਹੋਈਆਂ ਮੈਂ, ਇੱਕ ਥੋੜ੍ਹੀ ਛੋਟੀ ਆ, ਇੱਕ ਉਸ ਤੋਂ ਵੱਡੀ ਹੈ ਥੋੜ੍ਹੀ, ਜਿਹੜੀ ਇਹ ਵਾਲੀ ਹੈ ਥੋੜ੍ਹੀ ਵੱਡੀ ਆ, ਔਰ ਦੂਸਰੀ ਵਾਲੀ ਬਿਲਕੁਲ ਛੋਟੀ ਕਲੀ ਆ ਜਿਹੜੀ ਸਾਹਮਣੇ ਤੁਹਾਨੂੰ ਦਿਖ ਰਹੀ ਹੈ। ਸੋ ਇਸ ਤੋਂ ਬਾਅਦ ਆਪਾਂ ਪੱਤੀਆਂ ਦਾ ਕੰਮ ਸਟਾਰਟ ਕਰਾਂਗੇ। ਸੋ ਪੱਤੀਆਂ ਦਾ ਜਿਹੜਾ ਆਪਣਾ ਕੰਮ ਰਹਿ ਗਿਆ ਉਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਤਿੰਨੋਂ ਕਲਰ ਹੀ ਲੈ ਲੈਣੇ ਆ ਅਸੀਂ। ਤਿੰਨ ਕਲਰ ਕਿਹੜੇ? ਗ੍ਰੀਨ ਜਿਹੜੇ ਪਹਿਲਾਂ ਆਪਾਂ ਦੋ ਯੂਜ਼ ਕੀਤੇ ਉਹ ਵਾਲੇ, ਅਤੇ ਇੱਕ ਕੌਫੀ ਸ਼ੇਡ ਮਿਲਿਆ। ਅਕੋਰਡਿੰਗ ਟੂ ਨੀਡ ਆਪਾਂ ਦੇਖਦੇ ਰਹਾਂਗੇ ਕਿ ਆਪਾਂ ਨੂੰ ਕਿਹੜਾ ਕਲਰ ਜਿਹੜਾ ਹੈਗਾ ਚਾਹੀਦਾ। ਸੋ ਪਹਿਲਾਂ ਮੈਂ ਗ੍ਰੀਨ ਕਲਰ ਲੈਂਦੀ ਹਾਂ ਥੋੜ੍ਹਾ ਜਿਹਾ, ਇਹ ਵਾਲੀਆਂ ਲਾਈਨਸ ਦੇ ਉੱਪਰ ਇਹਦੀ ਲਾਈਨ ਬਣਾ ਦਿੱਤੀ। ਸੋ ਤੁਸੀਂ ਦੇਖਦੇ ਰਹੋ ਕਿ ਮੈਂ ਕਿਸ ਤਰੀਕੇ ਨਾਲ ਇਹ ਜਿਹੜਾ ਹੈਗਾ ਪੱਤੀਆਂ ਦਾ ਕੰਮ ਕਰ ਰਹੀ ਹਾਂ। ਇਹਦੇ ਲਈ ਮੈਂ ਬ੍ਰੱਸ਼ ਜਿਹੜਾ ਲਿਆ ਉਹ 0 ਨੰਬਰ ਲਿਆ। ਹਲਕਾ ਜਿਹਾ ਇਹਦੇ ਵਿੱਚ ਟੱਚ ਤੁਸੀਂ ਕੌਫੀ ਦਾ ਦੇ ਕੇ ਨਾਲ ਗ੍ਰੀਨ ਕਲਰ ਲੈਣਾ। ਸੋ ਜਿਹੜਾ ਇਹ ਆਪਣਾ ਕੰਮ ਹੈ ਬਹੁਤ ਬਰੀਕੀ ਵਾਲਾ ਕੰਮ ਹੈ। ਵੈਸੇ ਤਾਂ ਦੇਖੋ ਜਦੋਂ ਤੁਸੀਂ ਕੋਈ ਫਲਾਵਰ ਬਣਾਉਣੇ ਹੋ ਤਾਂ ਤੁਸੀਂ ਬੜੇ ਧਿਆਨ ਦੇ ਨਾਲ ਉਸ ਚੀਜ਼ ਨੂੰ ਕਰਿਆ ਕਰੋ, ਕਿਉਂਕਿ ਜਦੋਂ ਅਸੀਂ ਸਬਰ ਦੇ ਨਾਲ ਪੇਸ਼ੈਂਸ ਦੇ ਨਾਲ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਹਦੇ 'ਚ ਸਫਾਈ ਆਉਂਦੀ ਹੈ।
ਦੇਖੋ ਬਹੁਤ ਵਧੀਆ ਜਿਹੜਾ ਇਹ ਕਲਰ ਬਣ ਕੇ ਆ ਰਿਹਾ। ਹਲਕਾ ਜਿਹਾ ਤੁਸੀਂ ਕੌਫੀ ਇਹਦੇ ਵਿੱਚ ਮਿਕਸ ਕਰਨਾ। ਇਹਦਾ ਸੈਂਟਰ ਪੁਆਇੰਟ ਜਿਹੜਾ ਹੈਗਾ ਤੁਸੀਂ ਇਹੀ ਰੱਖਣਾ। ਅਕੋਰਡਿੰਗ ਟੂ ਨੀਡ ਤੁਸੀਂ ਆਪਣਾ ਮੀਡੀਅਮ ਲੈਂਦੇ ਰਹੋ, ਜਦੋਂ ਤੁਹਾਨੂੰ ਲੱਗੇ ਕਿ ਜਿਹੜਾ ਤੁਹਾਡਾ ਬ੍ਰੱਸ਼ ਹੈ ਉਹ ਡਰਾਈ ਹੁੰਦਾ ਜਾ ਰਿਹਾ। ਸੋ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਪੱਤੀਆਂ ਬਣ ਕੇ ਤਿਆਰ ਹੋਣਗੀਆਂ। ਸੋ ਜਿਹੜਾ ਆਪਣਾ ਜਿਹੜਾ ਇਨਰ ਪੋਰਸ਼ਨ ਹੈ ਲੀਵ ਦਾ, ਉਹਦੇ ਵਿੱਚ ਤੁਸੀਂ ਹਲਕਾ ਵਾਈਟ ਕਲਰ ਐਡ ਕਰਨਾ। ਉਹ ਗ੍ਰੀਨ ਦੇ ਵਿੱਚ ਮਿਕਸ ਕਰ ਲੈਣਾ ਅਤੇ ਹਲਕੇ ਹੱਥਾਂ ਦੇ ਨਾਲ ਇੱਥੇ ਲਾਈਨਸ ਲਗਾਉਣੀਆਂ। ਉਸੇ ਤਰੀਕੇ ਨਾਲ ਠੀਕ ਹੈ ਜੀ, ਇਹ ਵਾਲੀ ਪੱਤੀ ਬਣ ਕੇ ਤਿਆਰ ਹੋਈ ਹੈ। ਸੋ ਇਸੇ ਤਰੀਕੇ ਨਾਲ ਅਸੀਂ ਦੂਸਰੀਆਂ ਪੱਤੀਆਂ ਵੀ ਬਣਾ ਦੇਣੀਆਂ। ਤਾਂ ਹਾਂਜੀ, ਆਪਾਂ ਵੀਡੀਓ ਨੂੰ ਕਰ ਦਿੰਦੇ ਹਾਂ ਫਾਸਟ ਤਾਂ ਜੋ ਆਪਣੀਆਂ ਪੱਤੀਆਂ ਜਲਦੀ ਜਲਦੀ ਬਣ ਕੇ ਰੈਡੀ ਹੋ ਜਾਣ। ਤਾਂ ਇਸੇ ਤਰੀਕੇ ਦੇ ਨਾਲ ਜਿਹੜੀ ਆਪਾਂ ਨੂੰ ਫਰੰਟ ਤੋਂ ਸਿੱਧੀ ਪੱਤੀ ਦਿਖ ਰਹੀ ਹੈ ਉਹਨੂੰ ਵੀ ਆਪਾਂ ਵਾਈਟ ਕਲਰ ਦੇ ਨਾਲ ਲਾਈਨਸ ਲਗਾ ਦੇਣੀ ਆ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਫਲਾਰ ਦੀ ਲੁੱਕ ਹੈ ਓਰਿਜਨਲ ਵਰਗੀ ਦਿਖੇ। ਸੋ ਇਸ ਤਰੀਕੇ ਨਾਲ ਤੁਸੀਂ ਜਿਹੜੀ ਆਊਟਰ ਸਾਈਡ ਹੈ ਲੀਵ ਦੀ ਉੱਤੇ ਕੌਫੀ ਕਲਰ ਮਿਕਸ ਕਰਕੇ ਉਹਦੇ ਨਾਲ ਡਾਰਕ ਕਲਰ ਦੀਆਂ ਲਾਈਨਸ ਲਗਾਉਣੀਆਂ। ਅਤੇ ਹੁਣ ਮੈਂ ਕਰ ਰਹੀ ਹਾਂ ਜੀ ਪੱਤੀ ਨੂੰ ਪੂਰੀ ਨੂੰ ਆਊਟਲਾਈਨ, ਉਹ ਵੀ ਡਾਰਕ ਕਲਰ ਦੇ ਨਾਲ। ਸਾਰੀਆਂ ਪੱਤੀਆਂ ਨੂੰ ਆਊਟਲਾਈਨ ਕਰਤਾ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜੀਆਂ ਡਾਰਕ ਆਪਾਂ ਲਾਈਨਸ ਲਗਾਈਆਂ ਨੇ ਆਊਟਰ ਲੁੱਕ ਦੇ ਵਿੱਚ, ਉਹਦੇ ਨਾਲ ਹੀ ਆਪਾਂ ਇਹ ਸਾਰੀਆਂ ਪੱਤੀਆਂ ਨੂੰ ਵੀ ਆਊਟਲਾਈਨ ਕਰ ਦੇਣਾ। ਸੋ ਦੂਸਰੀ ਸਾਈਡ 'ਤੇ ਜਿਹੜਾ ਫਲਾਰ ਬਣਿਆ ਹੋਇਆ ਉਹਨੂੰ ਵੀ ਮੈਂ ਨਾਲ ਨਾਲ ਹੀ ਰੈਡੀ ਕਰ ਰਹੀ ਹਾਂ। ਸੋ ਹੁਣ ਬਣਾਵਾਂਗੇ ਆਪਾਂ ਫਲਾਵਰ ਦੇ ਸੈਂਟਰ ਵਾਲਾ ਪਾਰਟ ਜਿਹਦੇ ਵਿੱਚ ਸੀਡਸ ਹੁੰਦੇ ਨੇ ਲੋਟਸ ਦੇ। ਸੋ ਇਹਨੂੰ ਮੈਂ ਰੈਡੀ ਕਰ ਰਹੀ ਹਾਂ ਜੀ ਯੈਲੋ ਕਲਰ, ਕੌਫੀ ਕਲਰ ਔਰ ਵਾਈਟ ਕਲਰ ਦੇ ਨਾਲ। ਸੋ ਤੁਸੀਂ ਦੇਖ ਸਕਦੇ ਹੋ ਉਹਦੀ ਸ਼ੇਪ ਕਿਸ ਤਰੀਕੇ ਨਾਲ ਮੈਂ ਬਣਾਈ ਹੈ। ਜਿੱਦਾਂ ਇਹਦੇ ਵਿੱਚ ਸੀਡ ਟਾਈਪ ਵੀ ਕੌਫੀ ਕਲਰ ਦੇ ਨਾਲ ਹੀ ਕਰਦੇ ਨੇ, ਤੁਸੀਂ ਡੋਟਸ ਲਗਾ ਦੇਣੀਆਂ ਨੇ। ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਜਿਹੜੀ ਪੇਂਟਿੰਗ ਹੈ ਮੇਰੀ ਉਹ ਅੱਛੀ ਲੱਗੀ ਹੋਏਗੀ। ਅਗਰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ ਜੀ ਪੇਂਟਿੰਗ। ਸੋ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।